ਬਾਬਾ ਜੀ ਕਦ ਤੱਕ ਬਚਾਓਗੇ ਆਪਣੇ ਆਪ ਨੂੰ? ਮੇਰੀ ਗੱਲ ਸੁਣ ਲੈ ਬੁੜਿਆ, ਤੂੰ ਜਿੰਨਾ ਮਰਜ਼ੀ ਇਹਨੂੰ ਸਾਡੇ ਤੋਂ ਬਚਾ ਲਾ, ਪਰ ਇਹਨੂੰ ਤੂੰ ਸਾਡੇ ਤੋਂ ਬਚਾ ਨਹੀਂ ਸਕਦਾ। ਫੜਾ ਦੇ ਥੈਲਾ ਹੁਣ, ਫੜਾ ਦੇ ਥੈਲਾ ਬੁੜਿਆ, ਮੈਂ ਕਿਹਾ ਥੈਲਾ ਫੜਾ ਦੇ। ਲੱਗਦਾ ਬੁੜਿਆ ਤੈਨੂੰ ਹੱਡ ਸਿਕਾਇਆ ਚਿਰ ਹੋ ਗਿਆ, ਤੂੰ ਇੱਦਾਂ ਨਹੀਂ ਮੰਨਣਾ। ਬਾਬਾ ਮੈਂ ਨਹੀਂ ਚਾਹੁੰਦਾ ਤੇਰੀਆਂ ਬਜ਼ੁਰਗ ਹੱਡੀਆਂ ਦਾ ਚੂਰਾ ਬਣ ਜੇ, ਚੁੱਪ ਚਾਪ ਇਹ ਝੋਲਾ ਸਾਡੇ ਵਾਲੇ ਕਰਦੇ, ਨਹੀਂ ਤਾਂ। ਨਹੀਂ ਪੁੱਤਰਾ, ਇਹ ਮੈਂ ਤੁਹਾਨੂੰ ਨਹੀਂ ਦੇ ਸਕਦਾ, ਕਿਉਂਕਿ ਇਹੋ ਮੇਰੀ ਆਨ ਆ ਤੇ ਇਹੋ ਹੀ ਤੇ ਮੇਰੀ ਪਹਿਚਾਣ। ਜੇ ਮੈਂ ਤੁਹਾਨੂੰ ਦੇ ਤਾ ਤੁਸੀਂ ਤਾਂ ਇਹਨੂੰ ਵੀ ਬਰਬਾਦ ਕਰ ਦੇਣਾ, ਤੁਸੀਂ ਤਾਂ ਮੇਰਾ ਪਹਿਲਾਂ ਹੀ ਸਭ ਕੁਛ ਬਰਬਾਦ ਕਰ ਚੁੱਕੇ ਹੋ। ਮੇਰੀ ਗੱਲ ਸੁਣ ਲੈ ਬੁੜਿਆ, ਲੱਗਦਾ ਤੇਰੀਆਂ ਹੱਡੀਆਂ ਨੂੰ ਸੇਕ ਦੇਣਾ ਹੀ ਪੈਣਾ, ਤੂੰ ਇੱਦਾਂ ਨਹੀਂ ਮੰਨਣਾ। ਮੇਰੀ ਗੱਲ ਸੁਣ ਲੈ ਬੁੜਿਆ, ਤੂੰ ਮੈਨੂੰ ਹੋਰ ਗੁੱਸਾ ਨਾ ਚੜਾ, ਨਹੀਂ ਤਾਂ ਮੈਂ ਤੇਰੀਆਂ ਦੋਵੇਂ ਅੱਖਾਂ ਕੱਢ ਕੇ ਨਾ ਤੇਰੇ ਵਾਸਤੇ ਜਹਾਨ ਹਨੇਰ ਕਰ ਦੂੰਗਾ, ਸਮਝਣਾ ਮੇਰੀ ਗੱਲ। ਲਿਆ ਫੜਾ ਥੈਲਾ ਹੁਣ, ਕਰ ਦਿਓ ਅੰਧੇਰ ਮੇਰੇ ਲਈ, ਤੁਸੀਂ ਤਾਂ ਪਹਿਲਾਂ ਹੀ ਸਾਰਾ ਕੁਛ ਮੇਰੇ ਲਈ ਅੰਧੇਰ ਕਰ ਚੁੱਕੇ ਹੋ। ਰਹੀ ਗੱਲ ਅੱਖਾਂ ਦੀ, ਤੁਸੀਂ ਅੱਖਾਂ ਕੀ ਮੇਰਾ ਗਲਾ ਵੀ ਕੱਟ ਦਿਓਗੇ, ਮੈਂ ਫੇਰ ਵੀ ਇਹ ਥੈਲਾ ਤੁਹਾਨੂੰ ਕਦੀ ਨਹੀਂ ਦਿਆਂਗਾ। ਮੇਰੀ ਬੁੜਿਆ ਆਹ ਥੈਲਾ ਮੈਨੂੰ ਦੇ ਦੇ, ਨਹੀਂ ਤਾਂ ਮੈਂ ਤੇਰੇ ਇੱਕੋ ਵਾਰ ਚ ਸਾਹ ਮਕਾ ਦੇਣੇ। ਲੱਗੀ ਸਮਝ? ਮੈਂ ਤੈਨੂੰ ਕਿਹਾ ਨਾ, ਮੈਨੂੰ ਭਾਵੇਂ ਤੂੰ ਜਾਨਾ ਮਾਰ ਦੇ, ਪਰ ਆਹ ਥੈਲਾ ਮੈਂ ਤੈਨੂੰ ਨਹੀਂ ਦੇਣਾ, ਨਹੀਂ ਦੇਣਾ। ਜੇ ਇਹਨੂੰ ਇੰਨਾ ਸ਼ੌਂਕ ਹੈ ਨਾ ਮਰਨ ਦਾ ਤੇ ਇੱਕੋ ਵਾਰੀ ਫਾਹਾ ਵੜ ਦੇ ਇਹਦਾ। ਭੱਜ ਕੇ ਸਾਲੇ ਉੱਠੋ ਬਾਬਾ ਜੀ ਉੱਠੋ। ਆਓ ਬਾਬਾ ਜੀ ਮੇਰੇ ਨਾਲ ਆਓ ਤੁਸੀਂ। ਬਹਿ ਜਾਓ ਬਾਬਾ ਜੀ, ਇੱਥੇ ਬਹਿ ਜਾਓ। ਤੁਹਾਡੀ ਲੱਤ 'ਤੇ ਤਾਂ ਕਾਫੀ ਸੱਟ ਲੱਗੀ ਹੈ, ਬੜੀ ਸ਼ੁਕਰ ਕਰੋ ਸਰਕਾਰ ਦਾ ਜਿਨ੍ਹਾਂ ਨੇ ਮੋਟਰਾਂ ਦੀ ਪੱਤੀ ਰਾਤ ਨੂੰ ਕੀਤੀ, ਅਤੇ ਮੈਂ ਮੋਟਰ ਤੋਂ ਹੀ ਆ ਰਿਹਾ ਸੀ ਖੇਤਾਂ ਨੂੰ ਪਾਣੀ ਲਾ ਕੇ, ਅਤੇ ਜੇ ਮਦਰੋਂ ਦੀ ਨਾ ਲੰਘਦਾ
ਤਾਂ ਨਸ਼ੇੜੀਆਂ ਨੇ ਤੁਹਾਨੂੰ ਜਾਨੋਂ ਮਾਰ ਦੇਣਾ ਸੀ। ਵੈਸੇ ਬਾਬਾ ਜੀ ਰਸਤਾ ਠੀਕ ਨਹੀਂ ਰਾਤ ਦੇ ਸਫ਼ਰ ਲਈ, ਅੱਜ ਕੱਲ੍ਹ ਤਾਂ ਕਿਤੇ ਇਕੱਲੇ ਜਾਣ ਦਾ ਵੀ ਸਮਾਂ ਨਹੀਂ ਰਹਿ ਗਿਆ, ਨਾਲੇ ਪੈਦਲ ਪੈਦਲ ਤਾਂ ਬਿਲਕੁਲ ਨਹੀਂ, ਉਹ ਵੀ ਤੁਹਾਡੇ ਵਰਗੇ ਬਜ਼ੁਰਗ ਲਈ। ਜੇ ਤੁਸੀਂ ਕਿਤੇ ਜਾਣਾ ਹੀ ਹੁੰਦਾ ਤਾਂ ਕਿਸੇ ਨਿਆਣੇ ਨੂੰ ਨਾਲ ਲੈ ਜਾਇਆ ਕਰੋ। ਨਿਆਣੇ, ਇਹ ਵੀ ਤਾਂ ਮੇਰੇ ਨਿਆਣੇ ਸੀ ਪੁੱਤਰਾ, ਜਿਨ੍ਹਾਂ ਨੂੰ ਤੂੰ ਨਸ਼ੇੜੀ ਕਹਿ ਰਿਹਾ। ਤੁਹਾਡੇ ਨਿਆਣੇ, ਇੱਕ ਔਲਾਦ ਆਪਣੇ ਮਾਂ ਬਾਪ ਨਾਲ ਇੱਦਾਂ ਵੀ ਕਰ ਸਕਦੀ ਹੈ? ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ, ਉਹ ਵੀ ਤੁਹਾਡੇ ਵਰਗੇ ਬਜ਼ੁਰਗ ਬੰਦੇ ਨਾਲ ਇੱਦਾਂ। ਵਾਹ ਮੇਰੇ ਰੱਬਾ। ਪੁੱਤਰਾ, ਮੇਰੇ ਲਈ ਤਾਂ ਇਹ ਸਭ ਆਮ ਗੱਲ, ਮੇਰੇ ਨਾਲ ਤਾਂ ਪਤਾ ਨਹੀਂ ਕਿੰਨੇ ਕੁ ਸਾਲਾਂ ਤੋਂ ਬਸ ਇਹੋ ਕੁਝ ਹੋ ਰਿਹਾ। ਆਹ ਮੇਰੀ ਲੱਤ ਦਾ ਜ਼ਖਮ ਦੇਖ ਰਿਹਾ, ਜਿਹਦੇ ਉੱਤੇ ਤੂੰ ਹੁਣੇ ਪੱਟੀ ਬੰਨੀ ਆ, ਇਹ ਹੀ ਇਹਨਾਂ ਨੇ ਦਿੱਤਾ। ਅਤੇ ਅੱਜ ਤੱਕ ਇਸ ਨੂੰ ਸੁੱਕਣ ਨਹੀਂ ਦਿੱਤਾ। ਬਾਬਾ ਜੀ ਤੁਹਾਡੀ ਇਹ ਹਾਲਤ ਹੋਈ ਕਿੱਦਾਂ? ਨਾਲੇ ਤੁਹਾਡੇ ਬੱਚੇ ਤੁਹਾਡੀ ਜਾਨ ਦੇ ਦੁਸ਼ਮਣ, ਮੈਨੂੰ ਦੱਸੋ ਤੁਸੀਂ। ਇੱਕ ਸਮਾਂ ਸੀ ਪੁੱਤਰਾ, ਜਦ ਮੇਰੇ ਖੇਤਾਂ ਵਿੱਚ ਸੋਨੇ ਦੇ ਸਿੱਟੇ ਉੱਗਦੇ ਸੀ ਅਤੇ ਮੈਂ ਸਾਰੇ ਮੁਲਕ ਦਾ ਢਿੱਡ ਭਰਦਾ ਸੀ। ਸਭ ਕੁਛ ਠੀਕ ਠਾਕ ਸੀ ਪੁੱਤਰਾ, ਫਿਰ ਅਚਾਨਕ ਮੈਨੂੰ ਅੱਜ ਵੀ ਯਾਦ ਆ, 15 ਅਗਸਤ 1947 ਦੀ ਉਹ ਕਾਲੀ ਰਾਤ ਜਿਸਨੇ ਮੇਰਾ ਸਭ ਕੁਛ ਤਬਾਹ ਕਰ ਦਿੱਤਾ। ਉਸ 47 ਨੇ ਮੇਰਾ ਭਰਾ ਮੇਰੇ ਤੋਂ ਵੱਖ ਕਰ ਦਿੱਤਾ, ਜਿਹੜਾ ਦੂਜੇ ਪਾਸੇ ਚਲਾ ਗਿਆ। ਮੈਨੂੰ ਤਾਂ ਪਤਾ ਵੀ ਨਹੀਂ ਪੁੱਤਰਾ ਕਿ ਉਹ ਜਿੰਦਾ ਵੀ ਹੈ ਜਾਂ ਮਰ ਗਿਆ। ਪੁੱਤਰਾ, ਮੇਰੀਆਂ ਅੱਖਾਂ ਤਰਸ ਗਈਆਂ ਉਸ ਭਰਾ ਨੂੰ ਦੇਖਣ ਨੂੰ। ਅਜੇ ਜ਼ਖਮ ਹਰਾ ਹੀ ਸੀ ਤੇ ਕੁਝ ਲੋਕ ਰੌਲਾ ਪਾਉਂਦੇ ਆਏ, ਇਸ ਤੋਂ ਪਹਿਲੇ ਕਿ ਮੈਂ ਕੁਝ ਸਮਝ ਸਕਦਾ, ਉਹਨਾਂ ਮੇਰੇ ਪੁੱਤਰਾਂ ਦੇ ਗਲਾਂ ਵਿੱਚ ਟੈਰ ਪਾ ਕੇ ਜਿਉਂਦੇ ਜੀ ਸਾੜ ਦਿੱਤਾ। ਤੇ ਮੈਂ ਲਾਚਾਰ ਤੇ ਬਦਕਿਸਮਤ ਕੁਝ ਨਾ ਕਰ ਸਕਿਆ ਪੁੱਤਰਾ, ਕੁਝ ਨਾ ਕਰ ਸਕਿਆ। ਤੇ ਆ ਜਿਨ੍ਹਾਂ ਨੇ ਮੈਨੂੰ ਮਾਰ ਨਾ ਲਿਆ, ਇਹ ਵੀ ਮੇਰੇ ਉਹਨਾਂ ਪੁੱਤਰਾਂ ਦੇ ਬੱਚੇ ਨੇ। ਪੁੱਤਰਾ, ਬਸ ਇੱਕ ਆਖਰੀ ਚੀਜ਼ ਬਚੀ ਆ ਮੇਰੇ ਕੋਲ, ਇਹ ਵੀ ਖੋਣਾ ਚਾਹੁੰਦੇ ਨੇ। ਕਹਿੰਦੇ ਨੇ ਇਹ ਪੁਰਾਣੀ ਹੋ ਚੁੱਕੀ ਆ, ਇਹਦਾ ਜ਼ਮਾਨਾ ਚਲਾ ਗਿਆ। ਇੱਕ ਕਹਿੰਦਾ, ਬਾਪੂ ਮੈਂ ਇਹਨੂੰ ਵੇਚ ਕੇ ਗਾਇਕ ਬਣ ਜਾਣਾ, ਤੇ ਦੂਜਾ ਕਹਿੰਦਾ ਮੈਂ ਤੇਰੀ ਸਾਰੀ ਜਾਇਦਾਦ ਵੇਚ ਕੇ ਬਾਹਰਲੇ ਮੁਲਕ ਚਲੇ ਜਾਣਾ। ਹੁਣ ਤੂੰ ਹੀ ਦੱਸ ਪੁੱਤਰਾ,
ਇਹ ਗੁਰੂਆਂ ਪੀਰਾਂ ਦੀ ਧਰਤੀ ਇੰਨੀ ਕਮਜ਼ੋਰ ਹੋ ਗਈ ਹੈ ਕਿ ਆਪਣੀ ਇਸ ਪੀੜ੍ਹੀ ਦਾ ਗੁਜ਼ਾਰਾ ਵੀ ਨਹੀਂ ਕਰ ਸਕਦੀ। ਕਲਯੁੱਗ ਇਸੇ ਦਾ ਨਾਮ ਹੈ। ਪਰ ਤੁਸੀਂ ਹੁਣ ਫਿਕਰ ਨਾ ਕਰੋ, ਤੁਸੀਂ ਮੇਰੇ ਨਾਲ ਮੇਰੇ ਘਰੇ ਚੱਲੋ, ਮੈਂ ਤੁਹਾਡਾ ਖਿਆਲ ਰੱਖਾਂਗਾ। ਤੁਸੀਂ ਮੈਨੂੰ ਆਪਣਾ ਬੱਚਾ ਹੀ ਸਮਝੋ। ਨਹੀਂ ਪੁੱਤਰਾ, ਨਹੀਂ ਮੈਂ ਤੇਰੇ ਨਾਲ ਨਹੀਂ ਜਾ ਸਕਦਾ, ਮੈਂ ਇਹਨਾਂ ਨੂੰ ਛੱਡ ਕੇ ਨਹੀਂ ਜਾ ਸਕਦਾ, ਕਿਉਂਕਿ ਇਹ ਜਿੱਦਾਂ ਦੇ ਮਰਜ਼ੀ ਨੇ, ਹੈ ਤਾਂ ਮੇਰੇ ਆਪਣੇ, ਹੈ ਤਾਂ ਮੇਰਾ ਆਪਣਾ ਖੂਨ। ਪੁੱਤਰਾ, ਜੇ ਤੂੰ ਕੁਝ ਮੇਰੇ ਲਈ ਕਰਨਾ ਚਾਹੁੰਦਾ ਤੇ ਆਹ ਮੇਰੀ ਅਮਾਨਤ ਆ, ਇਹਨੂੰ ਆਪਣੇ ਕੋਲ ਸਾਂਭ ਕੇ ਰੱਖੀ ਤੇ ਵਾਅਦਾ ਕਰ ਪੁੱਤਰਾ ਕਿ ਤੂੰ ਇਸ ਨੂੰ ਕਦੇ ਵੀ ਗਲਤ ਹੱਥਾਂ ਵਿੱਚ ਨਹੀਂ ਦੇਵੇਂਗਾ। ਵਾਅਦਾ ਕਰ ਪੁੱਤਰਾ। ਜ਼ਰੂਰ ਬਾਬਾ ਜੀ, ਮੈਂ ਵਾਅਦਾ ਕਰਦਾ ਕਿ ਮੈਂ ਆਪਣੀ ਜਾਨ ਨਾਲ ਵੱਧ ਤੁਹਾਡੀ ਇਸ ਅਮਾਨਤ ਦਾ ਖਿਆਲ ਰੱਖਾਂਗਾ ਤੇ ਜਦ ਵੀ ਤੁਹਾਨੂੰ ਸਹੀ ਸਮਾਂ ਲੱਗੇ ਤਾਂ ਤੁਸੀਂ ਆਪਣੀ ਅਮਾਨਤ ਵਾਪਸ ਲੈ ਜਾ ਸਕਦੇ। ਅਗਲਾ ਮੋੜ ਮੋੜ ਕੇ ਦੂਜਾ ਘਰ ਮੇਰਾ ਹੀ ਹੈ। ਨਹੀਂ ਪੁੱਤਰਾ, ਮੈਨੂੰ ਪੂਰਾ ਯਕੀਨ ਹੈ ਕਿ ਮੇਰੀ ਇਹ ਅਮਾਨਤ ਹੁਣ ਸਹੀ ਹੱਥਾਂ ਵਿੱਚ ਪਹੁੰਚ ਗਈ ਹੈ ਤੇ ਇਸ ਨੂੰ ਤੂੰ ਹੀ ਸੰਭਾਲ ਸਕਦਾ, ਕਿਉਂਕਿ ਮੇਰੇ ਵਿੱਚ ਤਾਂ ਹੁਣ ਹਿੰਮਤ ਨਹੀਂ ਰਹੀ ਕਿ ਮੈਂ ਆਪਣੇ ਆਪ ਨੂੰ ਵੀ ਸੰਭਾਲ ਸਕਾਂ। ਚੰਗਾ ਪੁੱਤਰਾ, ਜੀਂਦਾ ਵਸਦਾ ਰਹਿ। ਬਾਬਾ ਜੀ, ਤੁਸੀਂ ਆਪਣਾ ਨਾਮ ਤਾਂ ਦੱਸਿਆ ਹੀ ਨਹੀਂ। ਗੁਜ਼ਾਰਾ ਨਹੀਂ ਕਰ ਸਕਦਾ।